ਇਹਦੀ ਮਾਂ ਨੇ ਪਤਾ ਨੀ ਕਿਹੜੀ ਫੀਮ ਦੀ ਡਲੀ ਖਾ ਕੇ ਇਹਨੂੰ ਜੰਮਿਆ। ਇਹਦੇ ਨਾਲ ਦੇ ਅਫਸਰ ਲੱਗ ਗਏ, ਇਹ ਹਲੇ ਮੰਜੇ ਨੂੰ ਹੀ ਲੱਗਿਆ। ਓਏ ਉੱਠ ਜਾ, ਉੱਠ ਜਾ ਪੁੱਤ, ਉੱਠ ਜਾ, ਧੁੱਪ ਚੜ ਗਈ ਹੈ। ਕੀ ਹੈ ਯਾਰ, ਧੁੱਪ ਚ ਸੌਣ ਦਾ ਮਜ਼ਾ ਆਉਂਦਾ ਨਾ? ਤੂੰ ਸੋਲਰ ਸਿਸਟਮ ਨਾ ਚੱਲਦਾ ਜਿਹੜਾ ਧੁੱਪ ਚ ਮਜ਼ਾ ਆਉਂਦਾ? ਉੱਠ ਉੱਠ ਛੇਤੀ। ਕਿਉਂ ਦੁਖੀ ਕੀਤਾ ਵੇ ਯਾਰ? ਓਏ ਦੁਖੀ ਤਾਂ ਤੂੰ ਕੀਤਾ ਮੈਨੂੰ, ਸਾਰੀ ਦੁਨੀਆ ਮੇਰਾ ਮਜ਼ਾਕ ਉਡਾਉਂਦੀ ਹੈ। ਬਈ ਇੰਸਪੈਕਟਰ ਸਿਕੰਦਰ ਸਿੰਘ ਦਾ ਮੁੰਡਾ ਕਿਸੇ ਕੰਮ ਦਾ ਨਹੀਂ, 12-12 ਵਜੇ ਤੱਕ ਸੁੱਤਾ ਰਹਿੰਦਾ ਹੈ। ਤੇ ਫਿਰ ਉਹਨਾਂ ਅਨਪੜ੍ਹ ਲੋਕਾਂ ਨੂੰ ਸਮਝਾਓ ਨਾ ਕਿ ਮੇਰੇ ਮੁੰਡੇ ਦੇ ਸੁਪਨੇ ਬਹੁਤ ਵੱਡੇ ਨੇ, ਹੁਣ ਵੱਡੇ ਸੁਪਨੇ ਵੇਖਣ ਵਾਸਤੇ ਜ਼ਿਆਦਾ ਟਾਈਮ ਤੱਕ ਸੌਣਾ ਪੈਂਦਾ। ਓਏ ਬਕਵਾਸ ਬੰਦ ਕਰ, ਲੱਗਦਾ ਵੱਡੇ ਸੁਪਨਿਆਂ ਦਾ। ਕਿੰਨੀ ਵਾਰ ਤੈਨੂੰ ਕਿਹਾ ਵੀ ਪੇਪਰਾਂ ਦੀ ਤਿਆਰੀ ਕਰ ਲੈ, ਇਹ ਸਹੀ ਲਵਾ ਦਾਂਗਾ ਤੈਨੂੰ। ਛੋਟੇ ਲੋਕ ਛੋਟੀ ਸੋਚ, ਸਿਕੰਦਰ ਸਿੰਘ ਟਿਵਾਣਾ ਦਾ ਮੁੰਡਾ ਇਹ ਸਹੀ ਲੱਗੇਗਾ। ਚੱਲ ਮੈਂ ਆਪਣਾ ਨਾਮ ਬਦਲ ਲੈਂਦਾ, ਤੂੰ ਲੱਗ ਜਾ ਕੁਛ। ਮੈਂ ਡਾਇਰੈਕਟ ਸਿਪਾਹੀ ਭਰਤੀ ਹੋਇਆ ਸੀਗਾ, ਹੁਣ ਇੰਸਪੈਕਟਰ ਬਣ ਗਿਆ ਕਿ ਨਹੀਂ? ਤੇ ਕੀਸੀਆਂ ਕਰ ਕਰਕੇ ਇੰਸਪੈਕਟਰ ਬਣੇ ਹੋ? ਆ ਸਬ ਇੰਸਪੈਕਟਰ ਤੱਕ ਤੇ ਡਿਪਟੀਆਂ ਦੇ ਨਿਆਣੇ ਢੋਂਦੇ ਰਹੇ ਹੋ ਤੁਸੀਂ। ਆ ਹੁਣ ਵੀ ਕਿਤੇ ਟ੍ਰੈਫਿਕ ਦੇ ਵਿੱਚ ਇੱਥੇ ਖੜੇ ਘੱਟੇ 'ਚ ਟੈਂਪੂਆਂ ਦੇ ਚਲਾਨ ਕੱਟਦੇ ਹੁੰਦੇ ਹੋ, ਪਤਾ ਕਿੰਨੀ ਸ਼ਰਮ ਆਉਂਦੀ ਹੈ। ਮੈਂ ਤਾਂ ਵੈਸੇ ਲੋਕਾਂ ਨੂੰ ਕਹਿ ਦੇਣਾ ਯਾਰ ਉਹ ਮੇਰੇ ਦੂਰ ਦੇ ਡੈਡੀ ਹੈ। ਦੂਰ ਦੇ ਡੈਡੀ ਦਾ ਕੀ ਮਤਲਬ? ਕੀ ਮਤਲਬ ਦੂਰ ਦੇ ਡੈਡੀ ਦਾ? ਉਹ ਯਾਰ ਰਾਹ 'ਚ ਤਿੰਨ ਭੈਣਾਂ ਵੀ ਤੇ ਪੈਂਦੀਆਂ ਨੇ ਨਾ ਮੇਰੇ। ਮੈਂ ਆਪਣੀਆਂ 7 ਪੀੜੀਆਂ ਉਂਗਲਾਂ ਤੇ ਗਿਣਾ ਸਕਦਾ ਜਿਹੜੀਆਂ ਮਿਹਨਤ ਕਰਕੇ ਕੁਛ ਬਣੀਆਂ। ਤੇ ਫਿਰ ਲਾਂਤ ਇਹੋ ਜਿਹੀਆਂ 7 ਪੀੜੀਆਂ ਦੀ ਮਿਹਨਤ ਤੇ ਜਿਹੜੀਆਂ ਮਿਹਨਤ ਕਰਕੇ ਇੰਨਾ ਕੁ ਵੀ ਨਹੀਂ ਕਮਾ ਸਕੀਆਂ ਵੀ 8ਵੀਂ ਪੀੜੀ ਤੇ ਆਰਾਮ ਨਾਲ ਸੌ ਸਕੇ। ਪੁੱਤ ਜੇ ਕੰਮ ਨਹੀਂ ਨਾ ਕਰੇਗਾ ਤਾਂ ਕਿਸੇ ਨੇ ਆਪਣੀ ਧੀ ਵੀ ਨਹੀਂ ਦੇਣੀ ਤੈਨੂੰ। ਤੇ ਆਪਾਂ ਕਿਸੇ ਦੀ ਧੀ ਲਿਆਉਣੀ ਕਿਉਂ ਹੈ ਡੈਡੀ ਜੀ? ਤੁਸੀਂ ਆਪਣਾ ਕਾਕਾ ਦਿਓ ਕਿਸੇ ਨੂੰ। ਡੈਡੀ ਜੀ ਮੈਂ ਇੱਕ ਬਹੁਤ ਹੀ ਵੱਡੇ ਘਰ ਦੀ ਕੁੜੀ ਲੱਭੀ ਹੋਈ ਹੈ, ਬਸ ਤੁਸੀਂ ਮੈਨੂੰ ਕਿਸੇ ਦਿਨ ਜਾ ਕੇ ਉੱਥੇ ਛੱਡ ਆਓ। ਕੁੜੀ ਖਾਤਰ ਆਪਣਾ ਪਿਓ ਛੱਡ ਦੇਗਾ? ਟੈਕਨੀਕਲੀ ਸੋਚੋ, ਜੇ ਕਿਤੇ ਆਪਾਂ ਉਹ ਕੁੜੀ ਨੂੰ ਛੱਡ ਦਿੱਤਾ ਉਹਦਾ ਸਾਲ ਬਾਅਦ ਕਿਤੇ ਹੋਰ ਵਿਆਹ ਹੋ ਜਾਣਾ, ਪਿਓ ਨੇ ਥੋੜਾ ਕਿਤੇ ਵਿਆਹ ਜਾਣਾ, ਪਿਓ ਤੇ 10 ਸਾਲ ਬਾਅਦ ਵੀ ਇੱਥੇ ਹੀ ਰਹਿਣਾ। ਫਿੱਟੇ ਮੂੰਹ ਤੇਰੀ ਸੋਚ ਦਾ, ਫਿੱਟੇ ਮੂੰਹ ਇਹੋ ਜਿਹੇ ਪਿਓ ਨੂੰ ਛੱਡ ਦੇਗਾ ਜਿਹਨੇ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਇਆ। ਤੇ ਸਾਰੇ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਨੇ, ਕੋਈ ਗਰਦਨ ਫੜ ਕੇ ਵੀ ਤੁਰਨਾ ਸਿਖਾਉਂਦਾ, ਗੱਲਾਂ ਮਾਰਦੇ ਆ। ਹਾਏ ਓਏ ਮੇਰੇ ਰੱਬਾ, ਇਹੋ ਜਿਹੀ ਔਲਾਦ ਜੰਮਣ ਤੋਂ ਪਹਿਲਾਂ ਮੈਂ ਮਰ ਕੇ ਡਿੱਗਿਆ, ਮਰ ਕੇ ਡਿੱਗਿਆ। ਤੁਸੀਂ ਸਮਝ ਲਓ ਮੈਂ ਜੰਮਿਆ ਨੀ, ਹੁਣ ਬਣਾ ਲਓ ਪ੍ਰੋਗਰਾਮ ਜਿਹੜਾ ਬਣਾਉਣਾ। ਹਰ ਤੇਰੀ ਮੈਂ ਬਣਾਉਂਦਾ ਤੇਰਾ ਪ੍ਰੋਗਰਾਮ।